ਸਾਰੇ ਜਿਹੜੇ ਬਰਤਾਨੀਆ ਦੇ ਰੇਡੀਓ ਸਟੇਸ਼ਨ ਟੈਲੀਵਿਜ਼ਨ ਚੱਲਦੇ ਆ ਇਹ ਸਾਰੇ ਰੌ ਦੇ ਥੱਲੇ ਖਾਧੇ ਪੀਤੇ ਗਏ ਹੈ। ਸਾਰੇ ਜਿਹੜੇ ਬਰਤਾਨੀਆ ਦੇ ਰੇਡੀਓ ਸਟੇਸ਼ਨ ਟੈਲੀਵਿਜ਼ਨ ਚੱਲਦੇ ਆ ਇਹ ਸਾਰੇ ਰੌ ਦੇ ਥੱਲੇ ਖਾਧੇ ਪੀਤੇ ਗਏ ਹੈ। ਇਹ ਸਾਰੇ ਰੌ ਦੇ ਥੱਲੇ ਖਾਧੇ ਪੀਤੇ ਗਏ ਹੈ। ਜਿੱਦਾਂ ਸਾਬਤ ਕਰ ਦੋਗੇ ਸਿਰ ਕਲਮ ਕਰ ਬਰਾਬਰ ਦੀ ਕੁਰਬਾਨੀ ਦਿੰਦੇ। 6 ਮਹੀਨੇ ਪਰ ਗਾੜੀ ਚ ਅਸੀਂ ਖਲੋਤੇ ਸੀ, ਮੰਡ ਸਾਹਿਬ ਜਿਹਨੇ ਚੱਲੇ ਸੀ ਪੁੱਛ ਲਿਓ। ਤੁਸੀਂ ਤੇ ਹੁਣ ਕਹਿ ਦਿੱਤਾ 20 ਲੱਖ ਰੁਪਇਆ ਪਹੀਏ ਤੇ ਚਲਾ ਲਓ, ਸਾਨੂੰ ਕੀ ਦਿੰਦੇ ਜੇ ਤੁਸੀਂ ਨਹੀਂ ਮਾਰੇ ਛੱਡ ਦਿਓ ਗੱਲਾਂ। ਬਰਗਾੜੀ ਮੋਰਚੇ ਜੇਕਰ ਰੁਪਇਆ ਵੀ ਲਿਆ ਹੋਵੇ ਤੇ ਗੱਲ ਕਰ ਲਾਈਵ ਚੱਲਦਾ ਹੋਊਗਾ ਕਹਿੰਦਾ ਜੇ ਅਕਾਲ ਚੰਨ ਇੱਕ ਪੈਸਾ ਵੀ ਲਿਆ ਹੋਵੇ ਦੇਣਦਾਰ ਆ, ਜੇ ਤੁਸੀਂ ਸਾਬਤ ਕਰ ਦੋ ਅਕਾਲ ਚੰਨ ਇਹੋ ਜਿਹਾ ਹੈਗਾ ਸਿਰ ਕਲਮ ਕਰ ਦੋ ਬਰਗਾੜੀ ਚ, ਮੈਂ ਕਹਿੰਦਾ ਛੱਡੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਨਾਂ ਸ਼ੱਕ ਸਰਦਾਰ ਸਿਮਰਨਜੀਤ ਸਿੰਘ ਮਾਣ ਹੋਰਾਂ ਦੀ ਕੁਰਬਾਨੀ ਕੌਮ ਵਾਸਤੇ ਬਹੁਤ ਵੱਡੀ ਹੈ, ਉਹਦਾ ਅਸੀਂ ਕੋਈ ਵੀ ਦੇਣ ਨਹੀਂ ਦੇ ਸਕਦੇ। ਤਸੀਹੇ ਸਹਿਣੇ, ਆਪਣੇ ਨਹੁੰ ਤੱਕ ਖਿਚਵਾ ਲੈਣੇ, ਵੱਡੇ ਅਹੁਦੇ ਦੇ ਉੱਤੋਂ ਨੌਕਰੀ ਛੱਡ ਦੇਣੀ, 1984 ਤੋਂ ਬਾਅਦ ਇਹ ਸਾਰੇ ਜਾਣਦੇ ਹਾਂ। ਉਸ ਵੇਲੇ ਤੋਂ ਲੈ ਕੇ ਅੱਜ ਤੱਕ ਸੰਘਰਸ਼ ਦੇ ਵਿੱਚ ਕੁੱਦੇ ਹੋਏ ਨੇ। ਅਕਾਲ ਚੈਨਲ ਅਧਾਰਾ ਉਹਨਾਂ ਦੀ ਜੇ ਇਹਨਾਂ ਕੁਰਬਾਨੀਆਂ ਕਰਕੇ ਬਹੁਤ ਜ਼ਿਆਦਾ ਕਦਰ ਵੀ ਕਰਦਾ, ਜਾਂ ਮਾਨ ਸਾਹਿਬ ਵਰਗੀਆਂ ਹੋਰ ਸ਼ਖਸੀਅਤਾਂ ਨੇ, ਅਕਾਲ ਚੈਨਲ ਉਹਨਾਂ ਸਾਰੀਆਂ ਸ਼ਖਸੀਅਤਾਂ ਦੀ ਕਦਰ ਕਰਦਾ। ਪਰ ਕੀ ਮਾਨ ਸਾਹਿਬ ਵਰਗੀਆਂ ਸ਼ਖਸੀਅਤਾਂ, ਐਸੀਆਂ ਕੌਮੀ ਸ਼ਖਸੀਅਤਾਂ ਜਿਨ੍ਹਾਂ ਨੂੰ ਕੌਮ ਮਾਣ ਦਿੰਦੀ ਹੈ, ਅਤੇ ਉਹਨਾਂ ਦਾ ਆਪਣੇ ਹੀ ਕੌਮੀ ਮੀਡੀਆ ਦੇ ਖਿਲਾਫ਼ ਦੂਸ਼ਣਬਾਜ਼ੀ ਕਰਨਾ ਕਿੰਨਾ ਕੁ ਜਾਇਜ਼ ਹੈ? ਅੱਜ ਇੱਕ ਵੱਡਾ ਸਵਾਲ ਸਾਡੇ ਅੱਗੇ ਪੈਦਾ ਹੋ ਗਿਆ। ਸਰਦਾਰ ਸਿਮਰਨਜੀਤ ਸਿੰਘ ਮਾਨ ਸ਼ਾਇਦ ਇਹ ਗੱਲ ਵਿਸਾਰ ਗਏ ਨੇ ਕਿ ਇੱਕ ਉਹ ਸਮਾਂ ਸੀ ਜਦੋਂ ਸਾਡੇ ਕੋਲ ਆਪਣਾ ਮੀਡੀਆ ਨਹੀਂ ਸੀ, ਅਤੇ ਸਿੱਖਾਂ ਦੇ ਝੂਠੇ ਮੁਕਾਬਲੇ ਬਣਾਏ ਗਏ, ਤਸ਼ੱਦਦ ਕੀਤਾ ਗਿਆ, ਪੱਗਾਂ ਰੋਲੀਆਂ ਗਈਆਂ, ਬੇਪੱਤੀਆਂ ਕੀਤੀਆਂ ਗਈਆਂ, ਪਰ ਕਿਸੇ ਵੀ ਮੀਡੀਆ ਨੇ ਉਸ ਵੇਲੇ ਹਾਂ ਦਾ ਨਾਰਾ ਨਹੀਂ ਮਾਰਿਆ। ਭਾਰਤੀ ਮੀਡੀਆ ਨੇ ਸਿੱਖਾਂ ਦੇ ਹੀ ਖਿਲਾਫ਼ ਉਸ ਵੇਲੇ ਦੂਸ਼ਣਬਾਜ਼ੀ ਕੀਤੀ, ਅਤੇ ਅੱਜ ਜੇਕਰ ਵਿਦੇਸ਼ ਦੀ ਧਰਤੀ ਦੇ ਉੱਤੇ ਸਾਡੇ ਕੋਲ ਆਪਣਾ ਸਿੱਖ ਮੀਡੀਆ ਯਾਨੀ ਕਿ ਅਕਾਲ ਚੈਨਲ ਹੈ, ਤਾਂ ਫਿਰ ਅਸੀਂ ਉਹਦੀ ਕਦਰ ਕਰਨ ਦੀ ਬਜਾਏ ਉਹਨਾਂ ਦੇ ਉੱਤੇ ਦੂਸ਼ਣਬਾਜ਼ੀ ਕਰਦੇ ਹਾਂ, ਅਤੇ ਇਹ ਕਿੰਨਾ ਕੁ ਜਾਇਜ਼ ਹੈ? ਆਓ ਤੁਸੀਂ ਵੀ ਦੇਖੋ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਦੇ ਵਿਚਾਰ, ਅਕਾਲ ਚੈਨਲ ਦੀਆਂ ਸੇਵਾਵਾਂ ਜੋ ਹੁਣ ਤੱਕ ਅਕਾਲ ਚੈਨਲ ਸੇਵਾਵਾਂ ਦਿੰਦਾ ਆਇਆ। ਸੋ ਸਿਮਰਨਜੀਤ ਸਿੰਘ ਮਾਨ ਇੱਕ ਕੌਮੀ ਹਸਤੀ, ਕੀ ਸਨਮਾਨ ਦਿੰਦੇ ਨੇ ਅਕਾਲ ਚੈਨਲ ਨੂੰ? ਆਓ ਤੁਸੀਂ ਵੀ ਸੁਣੋ। ਪਤਾ ਗੱਲ ਕੀ, ਸਾਰੇ ਜਿਹੜੇ ਬਰਤਾਨੀਆ ਦੇ ਰੇਡੀਓ ਸਟੇਸ਼ਨ ਟੈਲੀਵਿਜ਼ਨ ਚੱਲਦੇ ਆ ਇਹ ਸਾਰੇ ਰੌ ਦੇ ਥੱਲੇ ਖਾਧੇ ਪੀਤੇ ਗਏ ਹੈ। ਪਤਾ ਗੱਲ ਕੀ, ਸਾਰੇ ਜਿਹੜੇ ਬਰਤਾਨੀਆ ਦੇ ਰੇਡੀਓ ਸਟੇਸ਼ਨ ਟੈਲੀਵਿਜ਼ਨ ਚੱਲਦੇ ਆ ਇਹ ਸਾਰੇ ਰੌ ਦੇ ਥੱਲੇ ਖਾਧੇ ਪੀਤੇ ਗਏ ਹੈ। ਇਹ ਸਾਰੇ ਰੌ ਦੇ ਥੱਲੇ ਖਾਧੇ ਪੀਤੇ ਗਏ ਹੈ। ਬਰਾਬਰ ਦੀ ਕੁਰਬਾਨੀ ਦਿੰਦੇ। 6 ਮਹੀਨੇ ਪਰ ਗਾੜੀ ਚ ਅਸੀਂ ਖਲੋਤੇ ਸੀ, ਮੰਡ ਸਾਹਿਬ ਜਿਹਨੇ ਚੱਲੇ ਸੀ ਪੁੱਛ ਲਿਓ। ਤੁਸੀਂ ਤੇ ਹੁਣ ਕਹਿ ਦਿੱਤਾ 20 ਲੱਖ ਰੁਪਇਆ ਪਹੀਏ ਤੇ ਚਲਾ ਲਓ, ਸਾਨੂੰ ਕੀ ਦਿੰਦੇ ਜੇ ਤੁਸੀਂ? ਇਹ ਨਹੀਂ ਗੱਲ, ਨਹੀਂ ਮਾਰੇ ਛੱਡ ਦਿਓ ਗੱਲਾਂ। ਬਰਗਾੜੀ ਮੋਰਚੇ ਜੇਕਰ ਰੁਪਇਆ ਵੀ ਲਿਆ ਹੋਵੇ ਤੇ ਗੱਲ ਕਰ। ਲਾਈਵ ਚੱਲਦਾ ਹੋਊਗਾ ਕਹਿੰਦਾ ਜੇ ਅਕਾਲ ਚੰਨ ਇੱਕ ਪੈਸਾ ਵੀ ਲਿਆ ਹੋਵੇ ਦੇਣਦਾਰ ਆ, ਜੇ ਤੁਸੀਂ ਸਾਬਤ ਕਰ ਦੋ ਅਕਾਲ ਚੰਨ ਇਹੋ ਜਿਹਾ ਹੈਗਾ ਸਿਰ ਕਲਮ ਕਰ ਦੋ ਬਰਗਾੜੀ ਚ, ਮੈਂ ਕਹਿੰਦਾ ਠੀਕ ਹੈ ਛੱਡੋ ਜੀ। ਸਰਦਾਰ ਸਿਮਰਨਜੀਤ ਸਿੰਘ ਮਾਨ ਸ਼ਾਇਦ ਇਹ ਵੀ ਗੱਲ ਅੱਜ ਵਿਸਾਰ ਚੁੱਕੇ ਨੇ ਕਿ ਉਹਨਾਂ ਵੱਲੋਂ ਖੁਦ ਜਾਂ ਫਿਰ ਹੋਰਨਾਂ ਸਿੱਖ ਜਥੇਬੰਦੀਆਂ ਵੱਲੋਂ ਅੱਜ ਤੱਕ ਜਿੰਨੇ ਵੀ ਮੋਰਚੇ ਲਾਏ ਗਏ, ਸਾਡੇ ਪੱਤਰਕਾਰ ਉੱਥੇ ਬਿਨਾਂ ਕਿਸੇ ਡਰ ਤੋਂ ਆਪਣੇ ਸਿਰ ਤੱਕ ਪੜਵਾ ਕੇ, ਕੈਮਰੇ ਤੁੜਵਾ ਕੇ ਅਤੇ ਗ੍ਰਿਫਤਾਰੀਆਂ ਦੇ ਕੇ ਵੀ ਉੱਥੇ ਪਹੁੰਚਦੇ ਰਹੇ, ਉਹਨਾਂ ਖਬਰਾਂ ਨੂੰ ਕਵਰ ਕਰਕੇ ਦੁਨੀਆ ਨੂੰ ਦਿਖਾਇਆ।
ਅੱਜ ਉਸਾਰੀ ਕੀਤੀ ਹੋਈ ਮਿਹਨਤ ਦਾ ਜਿਹੜਾ ਫਲ ਹੈਗਾ ਉਹ ਰੋ ਦੇ ਏਜੰਟ ਹੋਣ ਦਾ ਖਿਤਾਬ ਦੇ ਕੇ ਸਿਮਰਜੀਤ ਸਿੰਘ ਮਾਨ ਹੋਰੀ ਜਿਹੜਾ ਅਕਾਲ ਚੈਨਲ ਨੂੰ ਨਵਾਜ਼ ਰਹੇ ਨੇ। ਸੋ ਸਾਡੇ ਪੰਜਾਬ ਦੇ ਅਕਾਲ ਚੈਨਲ ਦੇ ਹੈੱਡ ਸਰਦਾਰ ਤਜਿੰਦਰ ਸਿੰਘ ਜੀ ਸਾਡੇ ਨਾਲ ਲਾਈਨ ਦੇ ਉੱਤੇ ਨੇ। ਜਦੋਂ ਇਹ ਗੱਲਬਾਤ ਹੁੰਦੀ ਹੈ ਤਾਂ ਉੱਥੇ ਮੌਜੂਦ ਸਨ, ਕੀ ਗੱਲਬਾਤ ਹੋਈ ਸਾਰੀ, ਆਓ ਇਹਨਾਂ ਦੇ ਕੋਲੋਂ ਜਾਣਦੇ ਹਾਂ। ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਰਦਾਰ ਤਜਿੰਦਰ ਸਿੰਘ ਜੀ, ਤੁਸੀਂ ਉਹ ਸਤਿਕਾਰਯੋਗ ਹਸਤੀ ਸਰਦਾਰ ਸਿਮਰਨਜੀਤ ਸਿੰਘ ਮਾਨ ਉਹਨਾਂ ਦੇ ਨਾਲ ਇੰਟਰਵਿਊ ਕਰਨ ਜਾਂਦੇ ਹੋ, ਅੱਜ ਬਹਿਬਲ ਕਲਾਂ ਗੋਲੀਕਾਂਡ ਦੀ ਚੌਥੀ ਵਰ੍ਹੇਗੰਢ ਹੈ। ਸੋ ਇੱਕੋ ਇੱਕ ਮੀਡੀਆ ਅਕਾਲ ਚੈਨਲ ਉੱਥੇ ਪਹੁੰਚਿਆ ਹੋਇਆ ਸੀਗਾ, ਤੁਸੀਂ ਇੰਟਰਵਿਊ ਕਰਨ ਗਏ ਹੋ ਅਤੇ ਅੱਗੋਂ ਮਾਨ ਸਾਹਿਬ ਨੇ ਜਿਹੜਾ ਤੁਹਾਨੂੰ ਰਿਸਪੋਂਸ ਜਾਂ ਕਹਿ ਲਈਏ ਕੋਈ ਐਸੀ ਗੱਲਬਾਤ ਜਿਹੜੀ ਤੁਹਾਡੇ ਨਾਲ ਹੋਈ ਹੈ, ਮੈਂ ਚਾਹੁੰਦਾ ਆਪਣੇ ਦਰਸ਼ਕਾਂ ਦੇ ਨਾਲ ਉਹਨੂੰ ਜ਼ਰੂਰ ਸਾਂਝੀ ਕਰੀਏ। ਹਾਂ ਬਿਲਕੁਲ ਜੀ, ਸਵੇਰ ਤੋਂ ਇੱਕ ਲਾਈਵ ਚੱਲ ਰਿਹਾ ਸੀ, ਆਪਾਂ ਅੰਦਰ ਵੇਖਦੇ ਸੀ ਕਿ ਅਕਾਲ ਚੈਨਲ ਦਰਸ਼ਕਾਂ ਨੇ ਦੇਖਿਆ, ਫੇਸਬੁੱਕ ਤੇ ਵੀ ਲਾਈਵ ਚੱਲਿਆ ਸੀ ਜੀ, ਕਿ ਬਰਗਾੜੀ ਪਾਤਸ਼ਾਹ ਸਮਾਗਮ ਕਿ ਸਾਡਾ ਫਰਜ਼ ਆ ਜੋ ਉਹ ਤੇ ਅਕਾਲ ਚੈਨਲ ਨਿਭਾਉਂਦੇ ਹਮੇਸ਼ਾ ਹੀ, ਤੇ ਉਸ ਵਰ੍ਹੇਗੰਢ ਨੂੰ ਮਤਲਬ ਕਿ 4 ਸਾਲ ਹੋ ਚੱਲੇ ਆ ਤੇ 4 ਸਾਲ ਦਾ ਪਾਤਸ਼ਾਹ ਦਾ ਸਮਾਗਮ ਸੀ, ਉੱਥੇ ਸਾਨੂੰ ਇਹ ਨੀ ਸੀ ਕੋਈ ਉੱਥੇ ਪਹੁੰਚੇ ਨਾ ਪਹੁੰਚੇ, ਸਾਡੀ ਜਿਹੜੀ ਜ਼ਿੰਮੇਵਾਰੀ ਸੀ ਅਸੀਂ ਆਪਣੇ ਸਾਹਮਣੇ ਹੋਏ ਉੱਥੇ ਪਹੁੰਚੇ, ਲਾਈਵ ਕੀਤਾ। ਲਾਈਵ ਤੋਂ ਬਾਅਦ ਚ ਜਿਵੇਂ ਦੂਸਰਾ ਮੀਡੀਆ ਗੱਲਬਾਤ ਕਰਦਾ ਤੇ ਸਾਰੇ ਜਣੇ ਬਾਹਰ ਆ ਜਾਂਦੇ ਆ, ਤੇ ਕੁਛ ਲੋਕਲ ਮੀਡੀਆ ਸੀ ਤੇ 10 ਵੀ ਉੱਥੇ ਸੀ ਜਦੋਂ ਇਹਦੀ ਗੱਲਬਾਤ ਹੁੰਦੀ ਆ, ਕੋਈ ਸਵਾਲ ਜਵਾਬ ਜਿੱਦਾਂ ਆਪਾਂ ਮਾਨ ਸਾਹਿਬ ਨੂੰ ਕਰਦੇ ਹਾਂ। ਚਲੋ ਉਹਨਾਂ ਨੇ ਆਪਣੀ ਗੱਲਬਾਤ ਕੀਤੀ, ਉਹ ਤੋਂ ਬਾਅਦ ਦੇ ਵਿੱਚ ਜਦੋਂ ਮੈਂ ਉਹਨੂੰ ਪੁੱਛਿਆ ਗਿਆ ਕਿ ਇੱਕ ਮਾਨ ਸਾਹਿਬ ਸੀਟ ਸੀ, ਇੱਕ ਦੂਜੀ ਸੀਟ ਸੀ ਆਪਣੀ ਖਡੂਰ ਸਾਹਿਬ ਦੀ, ਇਹ ਅਲਾਇੰਸ ਕਿਉਂ ਨੀ ਹੋਇਆ? ਕਿਉਂਕਿ ਮਾਨ ਸਾਹਿਬ ਨੇ ਪਹਿਲਾਂ ਥੋੜੀ ਦੇਰ ਪਹਿਲਾਂ ਹੀ ਰਿਕਾਰਡਿੰਗ ਦੇ ਵਿੱਚ ਕਿਹਾ ਸੀ ਕਿ ਮੰਡ ਸਾਹਿਬ ਨੇ ਕੋਸ਼ਿਸ਼ ਕੀਤੀ ਸੀ ਕਿ ਅਲਾਇੰਸ ਕਰਾਉਣ ਦੀ, ਕਿਉਂ ਨੀ ਹੋ ਸਕਿਆ ਇਹ ਉਹ ਜਾਣਦੇ ਆ। ਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਮੰਡ ਸਾਹਿਬ ਜਦੋਂ ਗਏ ਸੀ ਉਹ ਕਿੰਨਾ ਵੱਲੋਂ ਗਏ ਸੀ, ਤੁਹਾਡੀ ਪਾਰਟੀ ਵੱਲੋਂ ਗਏ ਜਾਂ ਵੱਖਰੇ ਤੌਰ ਤੇ, ਜਾਂ ਉਹ ਆਪਣੇ ਤੌਰ ਤੇ ਕਹਿਣ ਗਏ ਕਿ ਸਾਰੇ ਜਣੇ ਅਲਾਇੰਸ ਕਰੋ, ਜਾਂ ਤੁਸੀਂ ਮਾਨ ਸਾਹਿਬ ਕਿਉਂ ਨੀ ਪਹੁੰਚ ਕੀਤੀ? ਹਨਾ ਜੀ ਜੀ ਜੀ, ਕਿਉਂਕਿ ਕੁਐਸਚਨ ਆ ਸੰਗਤ ਪੁੱਛਦੀ ਆ। ਹੁਣ ਜੇ ਆਪਾਂ ਗੱਲ ਕਰਦੇ ਹਾਂ, ਮੈਨੂੰ ਲੱਗਦਾ ਕਿ ਜੇ ਇਸ ਟਾਈਮ ਦੇ ਉੱਤੇ ਜੋ ਪਟੀਸ਼ਨ ਬਣੀ ਸੀ ਨਾ ਤੇ 10 ਨੂੰ ਜਿੰਨੀ ਕਾਲ ਆਈ ਸੀ ਹਰ ਇੱਕ ਨੇ ਖਡੂਰ ਸਾਹਿਬ ਦੇ ਇਲੈਕਸ਼ਨ ਬਾਰੇ ਪੁੱਛਿਆ, ਖਾਸ ਕਰਕੇ ਬਾਹਰੋਂ ਜਿੰਨੀਆਂ ਕਾਲਾਂ ਆਉਂਦੀਆਂ ਸੀ, ਤੇ ਉਹਨਾਂ ਕਾਲਾਂ ਦਾ ਕਿਤੇ ਨਾ ਕਿਤੇ ਜਵਾਬ ਦੇ ਆ। ਬਿਲਕੁਲ, ਤੇ ਮੈਂ ਇਹਨਾਂ ਨੂੰ ਪੁੱਛਿਆ ਕਿ ਤੁਸੀਂ ਬੇਸ਼ੱਕ ਆਪਾਂ ਉੱਥੇ ਤੁਹਾਡੀ ਕੰਪੇਨਿੰਗ ਸੀ, ਉਸ ਤੋਂ ਬਾਅਦ ਦੇ ਵਿੱਚ ਇੱਕ ਪੰਥਕ ਸੀਟ, ਇੱਕ ਤੁਸੀਂ ਪੰਥਕ ਤੌਰ ਤੇ ਲੜ ਰਹੇ ਸੀ, ਦੂਜੇ ਪਾਸੇ ਬੀਬੀ ਖਾਲੜਾ ਸੀ, ਤੇ ਇੱਕ ਹਮਾਇਤ ਕਰਕੇ ਕਿਉਂ ਨੀ ਆਪਾਂ ਲੜ ਸਕੀਏ ਤੇ ਕਿਉਂ ਸੀਟਾਂ 2 ਨਹੀਂ ਜਿੱਤ ਸਕੇ? ਮੈਨੂੰ ਲੱਗਦਾ ਕਿਤੇ ਨਾ ਕਿਤੇ ਜਾਂ ਗੱਲ ਚੋਂ ਵੀ, ਕਿਉਂਕਿ ਉਹ ਅੰਦਰ ਵੀ ਉਹਨਾਂ ਨੇ ਬੀਬੀ ਖਾਲੜਾ ਦਾ ਵਿਰੋਧ ਕੀਤਾ ਸੀ, ਮੈਂ ਇੱਥੇ ਗੱਲ ਕਹੂੰਗਾ, ਕਿਉਂ ਉਹ ਕਹਿੰਦਾ ਕਿਹਾ ਕਿ ਮੰਡ ਸਾਹਿਬ ਗਏ ਸੀ, ਮੰਡ ਸਾਹਿਬ ਦੀ ਬਹੁਤ ਵੱਡੀ ਕੁਰਬਾਨੀ ਹੈ। ਚਲੋ ਮੰਨਦੇ ਆ, ਕੁਰਬਾਨੀ ਹਰ ਇੱਕ ਦੀ ਆ, ਜਿਹਨੇ ਜੋ ਕੌਮ ਵਾਸਤੇ ਕੀਤਾ ਉਹਦੀ ਕੁਰਬਾਨੀ ਆ, ਬਿਲਕੁਲ ਉਹਦੀ ਛੋਟੀ ਕੁਰਬਾਨੀ ਜਿਹੜੀ ਵੱਡੀ ਕਰਕੇ ਵੇਖਣੀ ਚਾਹੀਦੀ, ਜੇ ਕੌਮ ਵਾਸਤੇ ਕੋਈ ਜੂਝੇ ਹੈਗੇ ਤੇ ਜੇ ਮੰਡ ਸਾਹਿਬ ਦਾ ਪਰਿਵਾਰ ਸ਼ਹੀਦ ਹੋਇਆ ਤਾਂ ਬੜੀ ਵੱਡੀ ਕੁਰਬਾਨੀ ਕਵਾਂਗੇ। ਬਿਲਕੁਲ, ਪਰ ਮੰਡ ਸਾਹਿਬ ਕਿਹੜੀ ਪਾਰਟੀ ਦਾ ਅਲਾਇੰਸ ਕਰਾਉਣ ਗਏ ਸੀ ਇਹ ਅਜੇ ਤੱਕ ਵੀ ਸਾਬਤ ਨਹੀਂ ਹੋ ਸਕਿਆ ਜੀ ਜੀ ਜੀ, ਬਿਲਕੁਲ ਨਾ ਮੰਡ ਸਾਹਿਬ ਨੇ ਦੱਸਿਆ, ਕਿਉਂਕਿ 10 ਦੀ ਬਾਅਦ ਚ ਵੀ ਗੱਲ ਹੋਈ ਸੀ, ਨਾ ਮਾਨ ਸਾਹਿਬ ਨੇ ਦੱਸਿਆ। ਉਹ ਤੋਂ ਬਾਅਦ ਦੇ ਵਿੱਚ ਜਦੋਂ ਮਾਨ ਸਾਹਿਬ ਨੇ ਪੁੱਛਿਆ ਗਿਆ ਕਿ ਚਲੋ ਜੇ ਅਲਾਇੰਸ ਨਹੀਂ ਹੋਇਆ ਤੇ ਤੁਹਾਨੂੰ ਤੇ ਚਾਹੀਦਾ ਸੀ ਕਿ ਤੁਸੀਂ ਉਹਨਾਂ ਦੀ ਹਮਾਇਤ ਕਰਦੇ, ਕਿਤੇ ਨਾ ਕਿਤੇ ਉਹ ਗੱਲਾਂ ਸੀ, ਉਸ ਗੱਲਾਂ ਤੋਂ ਉੱਤੋਂ ਤਲਹ ਕਲਾਮੀ ਹੋਈ, ਉਹ ਮੈਨੂੰ ਕਹਿਣ ਲੱਗੇ ਤੇ ਮੈਂ ਕਿਹਾ ਹਾਰ ਦਾ ਕਾਰਨ ਕੀ ਮੰਨਦੇ ਹਾਂ ਆਪਾਂ ਫਿਰ ਜੀ? ਬਿਲਕੁਲ, ਤੇ ਉਹਨਾਂ ਮੈਨੂੰ ਮੋੜੋ ਜਵਾਬ ਤੱਕ ਕਿ ਜਿੱਦਣ ਜਵਾਨਾ ਤੇਰੀ ਹਾਰ ਹੋਊਗੀ ਤੇ ਮੈਂ ਪੁੱਛੂਗਾ, ਤੇ ਮੈਂ ਕਿਹਾ ਮੈਂ ਤਾਂ ਸਿਆਸਤੀ ਨਹੀਂ ਨਾ ਹੈਗਾ, ਠੀਕ ਹੈ ਠੀਕ ਹੈ, ਮੇਰੀ ਹਾਰ ਦਾ ਤੇ ਫੇਰ ਹੀ ਕਾਰਨ ਆ ਜੇ ਮੈਂ ਸਿਆਸਤ ਜਾਊਂਗਾ, ਤੇ ਉਦੋਂ ਤੁਸੀਂ ਮੇਰੇ ਨਾਲ ਸਵਾਲ ਕਰਿਓ, ਅੱਜ ਮੈਂ ਤੁਹਾਨੂੰ ਸਵਾਲ ਕਰਦਾ, ਤੁਸੀਂ ਮੈਨੂੰ ਜਵਾਬ ਦਿਓ। ਉਹਨਾਂ ਫਿਰ ਮੈਨੂੰ ਉਹੀ ਜਵਾਬ ਕੀਤਾ ਕਿ ਕਾਕਾ ਤੂੰ ਹਾਰੇਗਾ ਫਿਰ ਪਤਾ ਲੱਗੂ ਹਾਰ ਕੀ ਹੁੰਦੀ ਆ, ਮੈਂ ਤੁਹਾਨੂੰ ਜਵਾਬ ਦੇਈ ਜਾਂਦਾ ਵਾ, ਤੁਸੀਂ ਵਾਰ ਵਾਰ ਉਹ ਗੱਲ ਪੁੱਛਦੇ ਆ, ਕਿਉਂਕਿ ਅਸੀਂ ਉਸ ਤੇ ਪਛਤਾਪ ਨਹੀਂ ਕਰਦੇ, ਵਾਰ ਵਾਰ ਹਾਰਾਂ ਹੁੰਦੀਆਂ, ਕੌਮ ਹਾਰ ਰਹੀ ਆ, ਮੈਂ ਗੱਲ ਕਰੂੰਗਾ ਜੀ ਜੀ ਜੀ, ਪਾਰਟੀ ਤੇ ਫਿਰ ਜਿੱਤੀ ਨਾ, ਫਿਰ ਗੱਲਬਾਤ ਹੋਈ, ਚਲੋ ਕਾਂਗਰਸ ਆ ਗਏ, ਅਕਾਲੀ ਦਲ ਆ ਗਿਆ ਜਾਂ ਬੀਜੇਪੀ ਆ ਗਈ, ਉਹਦੀ ਛੱਡੋ, ਆਪਾਂ 2 ਸੀਟਾਂ ਦੀ ਗੱਲ ਕਰਦੇ ਸੀ, ਪੰਥਕ ਜੀ ਦੀ ਗੱਲ ਕਰਦੇ ਸੀ ਨਾ, ਜੇ ਅਨੰਦਪੁਰ ਸਾਹਿਬ ਦੀ ਗੱਲ ਕਰਦੇ ਸੀ ਕਿੱਥੇ ਗਈ ਸਾਡੀ ਸੀਟ, ਉਹ ਦਵਿੰਦਰ ਸਿੰਘ 7000 ਕੁਛ ਵੋਟਾਂ ਲੈਂਦੇ ਆ, ਲਗਭਗ 4000 ਕੁਛ ਮੈਨੂੰ ਲੱਗਦੀ, ਬਿਲਕੁਲ, ਦੂਜੇ ਪਾਸੇ ਮਾਨ ਸਾਹਿਬ ਕਿੰਨੀ ਵੋਟ ਤੇ ਹਾਰਦੇ ਆ, ਤੀਜੇ ਪਾਸੇ ਬੀਬੀ ਖਾਲੜਾ ਕਿੰਨੀ ਵੋਟ ਤੇ ਹਾਰਦੇ ਆ, ਕਿਉਂ ਸੀਟਾਂ ਹਾਰੀਆਂ ਜਾਂਦੀਆਂ ਪੰਥਕ ਸੀਟਾਂ ਜੀ? ਉੱਥੇ ਰਵਾਇਤੀ ਪਾਰਟੀਆਂ ਅੱਗੇ ਕਿੱਦਾਂ ਆ ਸਕਦੀਆਂ? ਕਿਤੇ ਨਾ ਕਿਤੇ ਸਾਡੀਆਂ ਗਲਤੀਆਂ, ਸ਼ਾਇਦ ਗਲਤੀ ਨੂੰ ਛੁਪਾਉਣ ਦੀ ਖਾਤਰ ਉਹਨਾਂ ਨੇ ਜਵਾਬ ਦੇਣੀ ਥਾਂ ਮੇਰੇ ਨਾਲ ਬਹਿਸਬਾਜ਼ੀ ਕਰਨੀ ਚਾਲੂ ਕਰ ਦਿੱਤੀ। ਬਹਿਸਬਾਜ਼ੀ ਉਦੋਂ ਵੱਧ ਗਈ ਜਦੋਂ ਅਸੀਂ ਰਿਕਾਰਡਿੰਗ ਬੰਦ ਕਰ ਦਿੱਤੀ, ਤੇ ਉਹਨਾਂ ਨੇ ਇੱਕਦਮ ਜਦੋਂ ਰਿਕਾਰਡਿੰਗ ਬੰਦ ਸੀ, ਕੈਮਰੇ ਬੰਦ ਸੀ, ਉਸ ਟਾਈਮ ਤੇ ਕਿਸੇ ਨੇ ਹੋਰ ਨੇ ਰਿਕਾਰਡਿੰਗ ਕਰਕੇ ਮੈਨੂੰ ਭੇਜੀ ਸੀ, ਤੇ ਉਹਨਾਂ ਵਿੱਚੋਂ ਮੈਨੂੰ ਬੋਲਿਆ ਕਿ ਤੁਸੀਂ ਸਾਰੇ ਜ਼ਿਕੇ ਸੀ ਜੀ 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 ਜੀ, ਤੇ ਰਾਹ ਦੇ ਏਜੰਟ ਆ ਸਾਰਾ। ਜੋ ਮੈਂ ਇੱਕ ਗੱਲ ਹੋਰ ਦੱਸੂਗਾ, ਮੈਂ ਸਾਰੇ ਮੀਡੀਆ ਦੀ ਗੱਲ ਕਰੂੰਗਾ, ਕੇਵਲ ਮੈਂ ਅਕਾਲ ਚੈਨਲ ਦੀ ਨੀ, ਜਿਹੜੀ ਉਹਨਾਂ ਬੋਲੀ ਉਹਨਾਂ ਦੀ ਬੋਲਣੀ, ਕਿਉਂਕਿ ਮੈਂ ਉਹ ਸੁਣਾ ਵੇਖ ਸੀ ਸਕਦੀ ਸੰਗਤ, ਉਹਨਾਂ ਨੇ ਕਿਹਾ ਕਿ ਜੋ ਬਰਤਾਨੀਆ ਤੋਂ ਟੀਵੀ ਤੇ ਰੇਡੀਓ ਚੱਲ
ਅਖੇ ਤੁਸੀਂ ਸਾਰੇ ਵਿਕੇ ਹੋਏ ਆ, ਤੁਸੀਂ ਪੈਸੇ ਖਾਂਦੇ ਆ, ਤੁਸੀਂ ਬਰਗਾੜੀ ਤੋਂ ਪੈਸਾ ਕਰਦਾ, ਠੀਕ ਆ। ਮੈਂ ਫਿਰ ਪੁੱਛ ਲਿਆ, ਹੁਣ ਜਦੋਂ ਆਪਾਂ ਕਿਤੇ ਇਲਜ਼ਾਮ ਲਾਉਂਦੇ ਆ ਨਾ, ਜੇ ਤੇ ਪ੍ਰੂਫ ਹੋਣ ਫਿਰ ਲਾਓ। ਉਸ ਟਾਈਮ ਤੇ ਜਸਕਰਨ ਸਿੰਘ ਘਾਨ ਸਿੰਘ ਵਾਲਾ ਵੇਚ ਤੁਸੀਂ ਜੀ ਜੀ ਜੀ, ਉਹਨਾਂ ਰੋਕਿਆ ਉਹਨਾਂ ਨੂੰ ਕਿ ਨਹੀਂ ਨਹੀਂ ਇਹ ਨਹੀਂ ਜੀ, ਇਹ ਚੈਨਲ ਨੇ ਪੈਸਾ ਕਰਦਾ, ਹੋਰ ਚੈਨਲ ਚ ਪੈਸਾ ਜਿੰਨੇ ਕਰਤਾ। ਬਿਲਕੁਲ, ਜਸਕਰਨ ਸਿੰਘ ਕਾਂਤ ਸਿੰਘ ਵਾਲਾ ਦੇ ਵਰਡਿੰਗ ਸੀ, ਰੋਕ ਰਹੇ ਮਾਨ ਸਾਹਿਬ ਨੂੰ, ਪਰ ਮਾਨ ਸਾਹਿਬ ਆਪਣੀ ਗੱਲ ਤੇ ਬਜੇ, ਤੁਸੀਂ ਨਹੀਂ ਇੰਨਾ ਪੈਸਾ ਖਾਧਾ ਜੀ। ਫਿਰ ਮਾਨ ਸਾਹਿਬ ਨੂੰ ਦੱਸਿਆ ਕਿ ਮਾਨ ਸਾਹਿਬ ਜੇ ਇੱਕ ਪੈਸੇ ਦਾ ਵੀ ਰੋਲ ਹੋਵੇ ਨਾ, ਅਸੀਂ ਬਰਗਾੜੀ ਦੇ ਵਿੱਚੋਂ ਦੇਣਦਾਰ ਆ, ਚੈਨਲ ਤੇ ਬਾਅਦ ਪੁੱਛੋ ਜਵਾਬ ਦੇ, ਮੈਂ ਇੰਡੀਆ ਦੇ ਵਿੱਚ ਬੈਠਾ ਤੁਹਾਡੇ ਵਾਸਤੇ, ਮੈਂ ਇੱਥੇ ਜੀ ਚੈਨਲ ਤੋਂ ਬਾਅਦ ਜਾਣ ਦੀ ਲੋੜ ਆ, ਮੈਂ ਇੱਥੇ ਜਵਾਬ ਦੇ ਬੈਠਾ ਤੁਹਾਡਾ, ਜੇ ਇੱਕ ਪੈਸਾ ਹੋਵੇ। ਫਿਰ ਇੱਥੋਂ ਤੱਕ ਕਿ ਜਸਕਰਨ ਸਿੰਘ ਕਾਂਤ ਸਿੰਘ ਵਾਲਿਆਂ ਨੇ ਦੱਸਿਆ ਕਿ ਇਹ ਚੈਨਲ ਨੇ ਇੱਕ 10,000 ਰੁਪਇਆ ਤੋਂ ਸਟਾਰਟਿੰਗ ਦੇ ਵਿੱਚ ਆਇਆ ਸੀ, ਸਾਨੂੰ ਸਟੇਜ ਤੇ ਆਣ ਕੇ ਅਨਾਊਂਸ ਕਰਵਾ ਕੇ ਦਿੱਤਾ। ਇੱਕ 2,000 ਰੁਪਇਆ ਕਿਸੇ ਨੇ ਭੇਜਿਆ ਚੈਨਲ ਵਾਸਤੇ ਜੀ, ਉਹ ਮੈਂ ਸਟੇਜ ਤੋਂ ਮੈਂ ਕਿਹਾ ਕਿ ਨਹੀਂ ਇਹ ਵੀ ਤੁਸੀਂ ਸੇਵਾ ਚ ਪਾ ਦੋ, ਪਰ ਜਸਕਰਨ ਸਿੰਘ ਕਾਂਤ ਸਿੰਘ ਵਾਲਿਆਂ ਨੇ ਕਿਹਾ ਕਿ ਨਹੀਂ ਇਹ ਤੁਹਾਡੇ ਵਾਸਤੇ ਆਇਆ ਵਾ, ਤੁਸੀਂ 2,000 ਰੁਪਇਆ ਤੁਹਾਨੂੰ ਹੀ ਦੇਣਾ ਹੈ ਚੈਨਲ ਵਾਸਤੇ ਆ ਜੀ ਜੀ, ਪਰ ਸਾਡਾ ਨਹੀਂ ਸੀ ਉਹ। ਮੈਂ ਫਿਰ ਦੁਬਾਰਾ ਕਿਹਾ ਤੇ ਕਹਿਣ ਲੱਗੀ ਨਹੀਂ ਜੋ ਤੁਹਾਡੀ ਸੇਵਾ ਵਾ, ਅਸੀਂ ਇੱਕ ਵੀ ਪੈਸੇ ਦੇ ਰਵਾਦਾਰ ਨਹੀਂ ਹੈਗੇ। ਪਰ ਉਹ 16.5 ਲੱਖ ਰੁਪਇਆ ਪਤਾ ਨਹੀਂ ਕਿੱਥੋਂ ਮਾਨ ਸਾਹਿਬ ਕੱਢ ਰਹੇ ਸੀ, ਕਿਹੜੇ ਚੈਨਲ ਨੇ ਲਿਆ ਤੇ ਕਿਹਦਾ ਨਾਮ ਲੈ ਰਿਹਾ ਸੀ ਜੀ। ਉਸ ਗੱਲ ਦਾ ਫਿਰ ਮੈਨੂੰ ਕਿਹਾ ਦੁੱਖ ਹੋਇਆ ਕਿ ਅਸੀਂ ਚੋਰ ਨੀ ਚੋਰ ਦੀ ਭਾਈ ਨੀ, ਹਨਾ। ਫਿਰ ਮੈਂ ਬਰਗਾੜੀ ਵਿੱਚ ਗੱਲ ਕੀਤੀ ਕਿ ਅਸੀਂ ਵੀ ਗੁਰਦੁਆਰਾ ਸਾਹਿਬ ਆ, ਜੇ ਤੁਸੀਂ ਸਾਬਤ ਕਰ ਦੋਗੇ ਤੇ ਦੱਸ ਦਾ ਫੇਰ ਆ ਜਰਾ, ਪਰ ਸਾਬਤ ਤੁਹਾਨੂੰ ਕਰਨਾ ਪੈਣਾ। ਇਹ ਨੀ ਹੈਗਾ ਕਿ ਆਪਾਂ ਗੱਲ ਕਹੇ ਕਿ ਠੱਪਾ ਕਿਸੇ ਨੂੰ ਲਾ ਦਈਏ। ਬਿਲਕੁਲ, ਤੂੰ ਰਾਵ ਏਜੰਟ ਹੈਗਾ, ਤੇਰੇ ਕੋਲ ਪੈਸਾ ਖਾ ਲਿਆ ਜੀ ਜੀ, ਤੂੰ ਪੰਥ ਦਾ ਗਦਾਰ ਆ, ਜਿਹੜੀ ਸਟੇਜ ਤੇ ਆਪਾਂ ਚੜ੍ਹਦੇ ਹਾਂ ਉੱਥੇ ਚੜ੍ਹ ਕੇ ਉੱਤੇ ਆਪਾਂ ਆਪਣਿਆਂ ਨੂੰ ਹੀ ਕੋਸਦੇ ਹਾਂ ਦਲਜੀਤ ਜੀ। ਹਮੇਸ਼ਾ ਹੀ ਨਾ ਕੌਮ ਇਕੱਠੀ ਕਰਨੀ ਹੋਵੇ ਨਾ, ਤੇ ਜਦੋਂ ਭਰਾਵਾਂ ਨੂੰ ਇਕੱਠੇ ਕਰਨਾ ਵਾ ਤੇ ਕਈ ਵਾਰ ਲੜੇ ਵੀ ਹੋਈਏ ਤੇ ਆਪਾਂ ਜੱਫੀ ਪਾਉਂਦੇ ਹਾਂ, ਉਹਨਾਂ ਦੇ ਪਿਆਰ ਦੇ ਨਾਲ ਬਹਿ ਕੇ ਕੋਸ਼ਿਸ਼ ਕਰੀਦੀ ਆ, ਤੇ ਪਰ ਜਦੋਂ ਸਟੇਜ ਤੇ ਚੜ੍ਹਨ ਆਪਾਂ ਧੱਕਾ ਮਾਰਾਂਗੇ ਨਾ, ਉਹ ਭਾਵੇਂ ਦੂਜੀਆਂ ਪਾ ਕੇ ਜਿਹਨੂੰ ਠੱਪਾ ਲਾ ਦੇਣਾ, ਤੂੰ ਵੀ ਉਹਦਾ ਬੰਦਾ ਹੈਗਾ, ਤੂੰ ਵੀ ਗਦਾਰ ਆ, ਤੇ ਕਿਤੇ ਨਾ ਕਿਤੇ ਠੱਪੇ ਲੈ ਸਰਟੀਫਿਕੇਟ, ਇੱਕ ਬੰਦੇ ਦਾ ਸਰਟੀਫਿਕੇਟ ਜਾਰੀ ਕੀਤਾ ਕੋਈ ਗਦਾਰ ਨਹੀਂ ਬਣ ਜਾਂਦਾ। ਤਜਿੰਦਰ ਸਿੰਘ ਜੀ, ਅੱਜ ਕੌਮ ਦੇ ਉਹ ਕਾਰਜ ਜਿਹੜੇ ਹੈਗੇ ਆ, ਜਿਹੜੇ ਕਈ ਵਾਰ ਬਹੁਤ ਮੁਸ਼ਕਲ ਹੋ ਜਾਂਦੇ ਆ, ਗੁਰਬਖਸ਼ ਸਿੰਘ ਹੋਰਾਂ ਦਾ ਮੋਰਚਾ ਲਾ ਲਈਏ, ਉਸ ਤੋਂ ਬਾਅਦ ਬਰਗਾੜੀ ਮੋਰਚਾ, ਸਰਬੱਤ ਖਾਲਸਾ, ਇਹੋ ਜਿਹੜੇ ਕੌਮ ਨੇ ਮੋਰਚੇ ਲਾਏ ਜਿੱਥੇ ਸਾਡੇ ਪੱਤਰਕਾਰਾਂ ਨੂੰ, ਤੁਸੀਂ ਵੀ ਜਾਣਦੇ ਹੋ, ਰਾਤ ਦਿਨ ਇੱਕ ਕਰਕੇ ਸੱਟਾਂ ਪੇਟਾਂ ਵੀ ਖਾਧੀਆਂ, ਕੈਮਰੇ ਤੱਕ ਕਈ ਵਾਰ ਟੁੱਟ ਗਏ ਜਾਂ ਗ੍ਰਿਫਤਾਰੀਆਂ ਵੀ ਦੇਣੀਆਂ ਪਈਆਂ, ਅਤੇ ਅੱਜ ਕੌਮੀ ਲੀਡਰ ਸਾਨੂੰ ਆਹ ਖਿਤਾਬ ਦੇ ਰਹੇ ਨੇ ਬਹਿਬਲ ਕਲਾਂ ਦੀ 4th ਵਰੇਗੰਢ ਦੇ ਮੌਕੇ ਦੇ ਉੱਤੇ। ਅਤੇ ਇੱਕ ਗੱਲ ਮੈਂ ਹੋਰ ਨੋਟ ਕੀਤੀ ਹੈ, ਜਿਹੜੀ ਸਾਡੇ ਕੋਲ ਫੁਟੇਜ ਪਹੁੰਚੀ ਹੈ ਸਰਦਾਰ ਸਿਮਰਜੀਤ ਸਿੰਘ ਮਾਨ ਹੋਰਾਂ ਦੀ, ਉਹ ਉੱਥੋਂ ਦੇ ਜਿਹੜੇ ਚੈਨਲ ਹੈਗੇ ਨੇ ਲੋਕਲ, ਉਹਦੇ ਵਿੱਚ ਕੁਛ ਚੈਨਲ ਐਸੇ ਨੇ ਜੋ ਸਿੱਖ ਸ਼ਬਦ ਨੂੰ ਜਾਂ ਜਦੋਂ ਕੋਈ ਸਿੱਖ ਦੀ ਗੱਲ ਕਰਨੀ ਹੋਵੇ ਤਾਂ ਅੱਤਵਾਦੀ ਲਾ ਕੇ ਕਰਦੇ ਨੇ, ਅਤੇ ਉਹਨਾਂ ਚੈਨਲਾਂ ਨੂੰ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰੀ ਬੜੇ ਹੀ ਪਿਆਰ ਦੇ ਨਾਲ ਜਿਹੜੇ ਉਹਨਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਨੇ। ਅਤੇ ਇੱਕ ਕੌਮੀ ਚੈਨਲ ਅਸੀਂ ਹਮੇਸ਼ਾ ਮੰਗ ਕੀਤੀ, 1984 ਦੇ ਵਿੱਚ ਜੇ ਕਹੀਏ ਕਿ ਸੰਤ ਜਰਨੈਲ ਸਿੰਘ ਖਾਲਸਾ ਵੀ ਇਹ ਮੰਗ ਕਰਦੇ ਰਹੇ ਨੇ ਕਿ ਚੈਨਲ ਹੋਣਾ ਚਾਹੀਦਾ, ਸਾਡਾ ਰੇਡੀਓ ਸਟੇਸ਼ਨ ਹੋਵੇ। ਅੱਜ ਜੇਕਰ ਸਾਡੇ ਕੋਲ ਆਪਣਾ ਚੈਨਲ ਹੈਗਾ, TV ਚੈਨਲ ਹੈ, ਤੁਹਾਡੀ ਆਵਾਜ਼ ਪਹੁੰਚ ਰਹੀ ਹੈ, ਅਤੇ ਤੁਸੀਂ ਉਹਨਾਂ ਨੂੰ ਰੋ ਦੇ ਏਜੰਟ ਤੱਕ ਕਹਿੰਦੇ ਹੋ ਅਤੇ ਕਹਿੰਦੇ ਹੋ ਕਿ ਪੈਸੇ ਖਾਂਦੇ ਹੋ, ਸੋ ਕਿੱਡੀ ਇਹ ਆਪਾਂ ਇਹ ਕਹਿ ਸਕਦੇ ਹਾਂ ਕਿ ਇੱਕ ਨਿਰਾਸ਼ਾ ਵਾਲੀ ਗੱਲ ਹੈਗੀ, ਅੱਜ ਇੱਕ ਦਿਲ ਦਰਦ ਹੁੰਦਾ ਜਦੋਂ ਇਹੋ ਜਿਹੇ ਸਾਡੇ ਕੌਮੀ ਲੀਡਰ ਇਹੋ ਜਿਹੇ ਬਿਆਨ ਦਿੰਦੇ ਨੇ। ਬਿਲਕੁਲ, ਜੇ ਮੈਂ ਇਸ ਪਾਰਟੀ ਦੀ ਗੱਲ ਕਰਾਂ ਸਰਦਾਰ ਸਿਮਰਜੀਤ ਸਿੰਘ ਮਾਨ ਦਾ, ਮੈਂ ਸਤਿਕਾਰ ਕਰਦਾ, ਬੈਠ ਕੇ ਗੱਲ ਹੋਈ ਸੀ, ਫਿਰ ਮੈਂ ਉਹਨੂੰ ਲਾਗੇ ਪੇਟਾ, ਮੈਂ ਉਹਨਾਂ ਨੇ ਗੱਲ ਕੀਤੀ, ਪਰ ਉਹ ਗੱਲ ਤੇ ਵਜੇ ਦੱਸੀ, ਜਿੱਥੇ ਗੱਲ ਪੁੱਛੋ ਨਾ ਵਜੇ ਦੱਸੀ, ਉਹ ਗੱਲ ਬਾਰ ਬਾਰ ਉਹਨਾਂ ਕੀਤੀ। ਇਸ ਤਰ੍ਹਾਂ ਕਿ ਜਸਕਰਨ ਸਿੰਘ ਕਾਂਤ ਸਿੰਘ ਵਾਲਿਆਂ ਨੇ ਫੜ ਕੇ ਮੈਨੂੰ ਉਹਦੇ ਲਾਗੇ ਬਿਠਾ ਦਿੱਤਾ ਜੀ, ਜੀ ਮੈਨੂੰ ਕਹਿੰਦੇ ਕਿ ਇਹ ਉਹਨਾਂ ਚੈਨਲਾਂ 'ਚੋਂ ਨਹੀਂ ਹੈਗਾ ਮਾਨ ਸਾਹਿਬ, ਇਹ ਆਪਣਾ, ਉਹਨਾਂ ਨੂੰ ਪਤਾ ਸੀ ਜਸਕਰਨ ਸਿੰਘ ਕਾਂਤ ਸਿੰਘ ਵਾਲਾ, ਮੈਂ ਬਾਰ ਬਾਰ ਥਾਂ ਕਹਿੰਦਾ ਕਿ ਜਸਕਰਨ ਸਿੰਘ ਕਾਂਤ ਵਾਲਾ ਉੱਥੇ ਸੀ। ਉਸ ਤੋਂ ਬਾਅਦ ਹੱਦ ਵਾਲੀ ਗੱਲ ਫਿਰ ਹੋ ਗਈ ਜਦੋਂ ਮੈਂ ਤੇ ਮਾਨ ਸਾਹਿਬ ਕੋਲ ਬੈਠਾ ਸੀ, ਤੇ ਇਹਨਾਂ ਦੀ ਪਾਰਟੀ ਦੇ ਮੈਂਬਰ ਜਿਨ੍ਹਾਂ ਨੇ ਕਿ ਅਮਰਜੀਤ ਲਾਡੀ ਜਿਹੜਾ ਨਾਲ ਸੀ ਵੀ ਕੈਮਰੇ ਦੇ ਉੱਤੇ, ਉਹਨੂੰ ਫੜ ਕੇ ਗੁੱਡੋਂ ਫੜ ਕੇ, ਉਹਦੇ ਨਾਲ ਜਿੱਦਾਂ ਆਪਾਂ ਹਲੂਣ ਦੇ ਬੰਦੇ ਨੂੰ, ਉਹ ਫਿਰ ਅੱਗੇ ਪੈ ਗਿਆ। ਜੀ ਉਹ ਕਹਿੰਦਾ ਕਿ ਅਸੀਂ ਤੁਹਾਡੇ ਦੇਣਦਾਰ ਨਹੀਂ ਹੈਗੇ, ਨਾ ਅਸੀਂ ਰੁਪਇਆ ਲਿਆ, ਨਾ ਅਸੀਂ ਕਿਸੇ ਹੈਗੇ। ਅੱਜ ਵੀ ਬਰਗਾੜੀ ਸਾਡੀ ਜ਼ਿੰਮੇਵਾਰੀ ਸੀ ਨਾ, ਮੰਨ ਲਓ ਅਕਾਲ ਚੈਨਲ ਦਾ ਖਰਚਾ ਹੋਇਆ, ਬਦਾਸ ਤੋਂ ਅੰਮ੍ਰਿਤਸਰ ਤੋਂ ਗਿਆ ਸੀ, ਟੀਮ ਜਾਂਦੀ ਆ, ਮਾਮੂਲੀ ਗੱਲ ਆ ਕਿ ਅਸੀਂ ਖਰਚਾ ਕਰਕੇ ਆਉਂਦੇ ਹਾਂ। 6.5 ਮਹੀਨੇ ਮੋਰਚਾ ਚੱਲਦਾ ਰਿਹਾ, ਹਰ ਇੱਕ ਦਿਨ ਦੀ ਸਾਡੇ ਕੋਲ ਕਵਰੇਜ ਪਈ ਹੋਈ ਆ। ਬਿਲਕੁਲ ਬਿਲਕੁਲ, ਤੇ ਉਹ ਤੋਂ ਬਾਅਦ ਜਿੱਥੇ ਵੀ ਜਾਂਦੇ ਆ ਕੋਈ ਪਾਰਟੀ ਸਾਨੂੰ ਫੰਡ ਨਹੀਂ ਦਿੰਦੀ ਜੀ। ਬਿਲਕੁਲ, ਹਾਂ ਜੇ ਕੋਈ ਸਿੱਖ ਨੇ ਸਪਾਂਸਰ ਕੀਤਾ ਹੋਊਗਾ ਤੇ ਅਸੀਂ ਲਿਖ ਕੇ ਲਾਇਆ ਹੋਊਗਾ ਕਿ ਆ ਸਪਾਂਸਰ ਹੋਇਆ ਫਲਾਣੇ ਵੱਲੋਂ, ਪਰ ਅੱਜ ਤੱਕ ਕੀ ਅਸੀਂ ਕਿਸੇ ਕੋਲ ਸਪਾਂਸਰ ਲਿਆ ਸੀ ਜੀ ਜੀ, ਜਾਂ ਅਸੀਂ ਕਿਸੇ ਕੋਲ ਸੇਵਾ ਲਈ ਸੀ, ਸਾਡੇ ਫਰਜ਼ ਸੀ ਨਾ, ਅਸੀਂ ਆਪਣੇ ਫਰਜ਼ ਪਛਾਣਦੇ ਸੀ ਉੱਥੇ ਪਹੁੰਚੇ ਸੀ। ਬਿਲਕੁਲ ਬਿਲਕੁਲ, ਜੇ ਸਰਬੱਤ ਖਾਲਸਾ ਤੁਸੀਂ ਗੱਲ ਕੀਤੀ ਤੇ ਮੈਨੂੰ ਲੱਗਦਾ ਕਿ ਅਕਾਲ ਚੈਨਲ ਤੋਂ ਇਲਾਵਾ ਦੱਸੋ ਜੇ ਕਿਸੇ ਚੈਨਲ ਨੇ ਸਰਬੱਤ ਖਾਲਸਾ ਲਾਏਗੀ, ਪਰ ਪੈਸੇ ਤੁਸੀਂ ਹੋਰ ਨੂੰ ਦੇਣ ਡੇ ਜੇ ਗੱਲ ਤੁਸੀਂ ਹੋਰ ਕਰਦੇ ਆ ਕੀ ਗੱਲ ਸਿਮਰਜੀਤ ਸਿੰਘ ਮਾਨ ਨੂੰ ਇਹ ਨੀ ਪਤਾ
ਬਿਲਕੁਲ ਅਸੀਂ ਇਹ ਨਹੀਂ ਹੈਗਾ ਜਿਵੇਂ ਤੁਸੀਂ ਪਹਿਲਾਂ ਕਿੱਥੇ ਜਾਂ ਜੋਖਮ ਜਾਏਗਾ ਕਿਉਂਕਿ ਕੌਮੀ ਫਰਜ਼ ਹੈ ਜੇ ਕੌਮ ਨੇ ਸਾਨੂੰ ਚੈਨਲ ਕਹਿੰਦਾ ਨਾ ਕੌਮੀ ਚੈਨਲ ਹੈਗਾ ਜੇ ਕੌਮ ਨੇ ਸਾਨੂੰ ਜ਼ਿੰਮੇ ਦਿੱਤੀਆਂ ਨਾ ਉਹਦੇ ਵਿੱਚ ਫਿਰ ਪਿੱਛੇ ਨਹੀਂ ਹਟਿਆ ਜਾਂਦਾ ਜੀ 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 ਉਹ ਤੋਂ ਬਾਅਦ ਦੇ ਵਿੱਚ ਕਿੰਨੇ ਪ੍ਰੋਗਰਾਮ ਆਇਆ ਤੁਸੀਂ ਆਪ ਹੀ ਵੇਖ ਸਕਦੇ ਆ ਤੁਸੀਂ ਗੁਰਬਖਸ਼ ਸਿੰਘ ਖਾਲਸਾ ਦੀ ਗੱਲ ਕੀਤੀ ਆ ਉਹਨਾਂ ਦਿਨਾਂ ਦੇ ਵਿੱਚ ਅਸੀਂ ਉਹਦੇ ਘਰ ਘਰ ਇੰਟਰਵਿਊ ਕੀਤੀ ਸੀ ਹਰ ਪਰਿਵਾਰ ਦੇ ਨਾਲ ਉਹਨੂੰ ਮਿਲੇ ਸੀ ਜਦੋਂ ਵੀ ਗੁਰਬਖਸ਼ ਸਿੰਘ ਖਾਲਸਾ ਜਿੱਥੇ ਬੈਠਾ ਤੇ ਪੌਦੇ ਪਹੁੰਚੇ ਜੇ ਬਾਪੂ ਸੂਰ ਸਿੰਘ ਦੀ ਗੱਲ ਕਰਦੇ ਆ ਦੱਸੇ ਸੰਗਤ ਸਾਨੂੰ ਕੀ ਦਿੱਤਾ ਵਾ ਇਹਨਾਂ ਲੀਡਰਾਂ ਨੇ ਜਿਹੜੇ ਅੱਜ ਦੱਸ ਰਹੇ ਸੀ ਰਾਜ ਏਜੰਟ ਆ ਬਿਲਕੁਲ ਅਸੀਂ ਕਿਹਦੇ ਕੋਲ ਲੈ ਕੇ ਤੁਰਦੇ ਸੀ ਇੱਥੋਂ ਪੰਜਾਬ ਦੇ ਵਿੱਚੋਂ ਕਿ ਸਾਨੂੰ ਆਹ ਪੈਸੇ ਦੇ ਦਿੱਤੇ ਆ ਜੀ ਪੁਰਾਣੀ ਥਾਂ ਤੁਸੀਂ ਪਹੁੰਚਣਾ ਸਾਡੀ ਜ਼ਿੰਮੇਵਾਰੀ ਸੀ ਉਹ ਬਾਪੂ ਸੂਰ ਸਿੰਘ ਖਾਲਸਾ ਨੂੰ ਹੁਣੇ ਮਿਲਦੇ ਆ ਆਪਾਂ ਥੋੜੇ ਦਿਨ ਪਹਿਲਾਂ ਸਾਡੇ ਡਾਕਟਰ ਸਾਹਿਬ ਇੱਥੋਂ ਆਏ ਸੀ ਡਾਕਟਰ ਗੁਰਦੀਪ ਸਿੰਘ ਜਗਵੀਰ ਜੀ ਜਾ ਕੇ ਆਪਾਂ ਬਾਪੂ ਨੂੰ ਹੋਸਪਿਟਲ ਜਾ ਕੇ ਮਿਲੇ ਸੀ ਉਹ ਸਾਨੂੰ ਜਿਹੜੀ ਜ਼ਿੰਮੇਵਾਰੀ ਹੈਗੀ ਨਾ ਸਾਨੂੰ ਆਪ ਹੀ ਪਤਾ ਹੈਗਾ ਉਹ ਇਹਨਾਂ ਦੇ ਲੀਡਰਾਂ ਦੇ ਆਖੀ ਨਹੀਂ ਅਸੀਂ ਚੱਲਾਂਗੇ ਤੇ ਪਰ ਮਨ ਬੜਾ ਦੁਖੀ ਹੋਇਆ ਕਿ ਇੱਕ ਕੌਮੀ ਸ਼ਖਸੀਅਤ ਹੋਵੇ ਜੇ ਤੁਹਾਨੂੰ ਤੁਹਾਡੀ ਹਾਰ ਦਾ ਕਾਰਨ ਪੁੱਛਿਆ ਜਾਂਦਾ ਤੇ ਤੁਸੀਂ ਉਹ ਦੱਸਣ ਦੀ ਬਜਾਏ ਤੁਸੀਂ ਉਲਟਾ ਉਹਨਾਂ ਨੂੰ ਪੈਂਦੇ ਆ ਤੇ ਇੱਕ ਠੱਪਾ ਜਿਹੜਾ ਸਰਟੀਫਿਕੇਟ ਤੁਸੀਂ ਆਪਣੇ ਕੋਲ ਹੀ ਰੱਖਿਆ ਬਣਾ ਕੇ ਸ਼ਾਇਦ ਕਿਸੇ ਨੂੰ ਠੱਪਾ ਲਾ ਦੇਣਾ ਬਿਲਕੁਲ 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 ਇੱਕ ਠੱਪਾ ਤੂੰ ਰਾਹ ਦਾ ਬੰਦਾ ਹੈਗਾ ਵਾ ਤੂੰ ਆਰਐਸਐਸ ਦਾ ਬੰਦਾ ਵਾ ਤੂੰ ਗੱਦਾਰ ਆ ਅਕਾਲ ਚੈਨਲ ਵਰਗਾ ਮੀਡੀਆ ਵੀ ਤੁਹਾਨੂੰ ਚਾਹੀਦਾ ਕਿ ਤੁਹਾਡੇ ਈਵੈਂਟ ਜਿਹੜੇ ਹੁੰਦੇ ਨੇ ਕੌਮੀ ਈਵੈਂਟ ਹੁੰਦੇ ਨੇ ਉਹ ਦੁਨੀਆ ਵੇਖੇ ਪਰ ਉਸ ਤੋਂ ਬਾਅਦ ਤੁਸੀਂ ਉਹਨਾਂ ਤੇ ਇਲਜ਼ਾਮ ਵੀ ਇਹ ਲਾਉਂਦੇ ਹੋ ਕਿ ਤੁਸੀਂ ਰੋ ਦੇ ਏਜੰਟ ਹੋ ਹਾਂ ਬਿਲਕੁਲ ਵੀਰ ਜੀ ਮੈਨੂੰ ਇਸ ਗੱਲ ਦਾ ਦਰਦ ਹੋਇਆ ਤੇ ਫਿਰ ਦੱਸ ਨੇ ਜਿਹੜੀ ਗੱਲ ਕੀਤੀ ਉਹ ਵੀ ਸੰਗਤ ਨੇ ਸੁਣੀ ਲੈਣੀ ਆ ਕਿ ਮੈਂ ਉੱਥੇ ਗੱਲ ਕਹੀ ਸੀ ਕਿ ਬਰਗਾੜੀ ਦੇ ਗੁਰਦੁਆਰਾ ਸਾਹਿਬ ਦੇ ਬੈਠੇ ਆ ਜੇ ਤੁਸੀਂ ਸਾਬਤ ਕਰ ਦੋਗੇ ਦਾਸ ਹਾਜ਼ਰ ਹੈ ਇੱਥੇ ਬਿਲਕੁਲ 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 ਇਹ ਨਹੀਂ ਹੈਗਾ ਕਿ ਮੈਂ ਕਹੂੰਗਾ ਸਰਦਾਰ ਅਮਰੀਤ ਸਿੰਘ ਕੋਰਾ ਨੂੰ ਉੱਥੋਂ ਗੱਲ ਕਰਨੀ ਆ ਜਗਜੀਤ ਸਿੰਘ ਕਰੂਗਾ ਦਲਜੀਤ ਕਰੂਗਾ ਨਹੀਂ ਮੈਂ ਇੰਡੀਆ 'ਚ ਬੈਠਾ ਵਾਂ ਮੈਂ ਦੇਣਦਾ ਰਹੂੰਗਾ ਪਹਿਲਾਂ ਬੈਠਾ ਤੁਹਾਡੇ ਕੋਲ ਹਾਂ ਮੈਂ ਜਵਾਬ ਤੁਹਾਡਾ ਦੇਣ ਦਾ ਇੱਥੇ ਵੀ ਤੁਹਾਡਾ ਜਵਾਬ ਦੇਣ ਵਾਸਤੇ ਬੈਠਾ ਵਾਂ ਤਾਂ ਹੀ ਤੇ ਦੁੱਖ ਆਉਂਦਾ ਕਿ ਅਸੀਂ ਇੱਕ ਪਾਸੋਂ ਸੁਣਾਵਾਂ ਕਰਦੇ ਹਾਂ ਇੱਕ ਪਾਸੇ ਅਸੀਂ ਕੌਮੀ ਸੰਘਰਸ਼ ਲੜਨ ਰਹੇ ਹਾਂ ਤੁਹਾਡੇ ਨਾਲ ਜੀ ਜੀ ਜ਼ਰੂਰੀ ਨਹੀਂ ਅਸੀਂ ਰਵਾਇਤੀ ਪਾਰਟੀਆਂ ਅਸੀਂ ਉਹਨਾਂ ਨੂੰ ਮਾੜਾ ਨਹੀਂ ਕਹਾਂਗਾ ਮੈਂ ਸਾਫ ਜੀ ਗੱਲ ਆ ਕੋਈ ਅਕਾਲੀ ਦਲ ਬਾਦਲ ਨੂੰ ਮਾੜਾ ਨਹੀਂ ਕਹੂੰਗਾ ਮੈਂ ਕਾਂਗਰਸ ਨੂੰ ਮਾੜਾ ਨਹੀਂ ਕਹੂੰਗਾ ਅਸੀਂ ਹਰ ਇੱਕ ਚੀਜ਼ ਦੀ ਕਵਰ ਕਰਦੇ ਹਾਂ ਪਰ ਇਹ ਚੀਜ਼ ਨੂੰ ਅਸੀਂ ਪਹਿਲ ਦਿੰਦੇ ਹਾਂ ਹੋ ਸਕਦਾ ਅਸੀਂ ਇਲੈਕਸ਼ਨ ਦੇ ਵਿੱਚ ਹਰ ਇੱਕ ਕਵਰੇਜ ਕੀਤੀ ਜੀ ਅਸੀਂ ਅਕਾਲੀ ਦਲ ਬਾਦਲ ਵੀ ਵਿਖਾ ਲਿਆ ਅਸੀਂ ਕਾਂਗਰਸ ਵੀ ਦਿਖਾ ਲਈ ਅਸੀਂ ਇਹਨਾਂ ਦਾ ਵਿਖਾ ਲਿਆ ਪਰ ਜਿੱਥੇ ਲੋੜ ਆ ਸਾਨੂੰ ਪਤਾ ਸੀ ਕਿ ਬੀਬੀ ਖਾਲੜਾ ਵਾਲੀ ਸੀਟ ਤੇ ਸੰਗਤ ਦੀ ਨਜ਼ਰ ਹੈਗੀ ਆ ਸਿਮਰਜੀਤ ਸਿੰਘ ਮਾਨ ਦੀ ਸੀਟ ਉੱਤੇ ਨਜ਼ਰ ਹੈਗੀ ਆ ਤੇ ਮੈਂ ਤੇ ਬਵਾਨ ਸਾਹਿਬ ਦੇ ਕਾਂਸੀ ਵਾਲਿਆਂ ਨੇ ਵੀ ਗੱਲ ਕੀਤੀ ਸੀ ਉਹਨਾਂ ਕਿਹਾ ਤੇ ਮੈਂ ਕਿਹਾ ਜੇ ਇਹੋ ਗੱਲ ਬਾਈ ਚਾਂਸ ਤੁਹਾਡੀ ਚੋਣਾਂ ਦੇ ਵਿੱਚ ਕਰ ਦਿੰਦੇ ਨਾ ਤੇ ਤੁਸੀਂ ਸਿਆਸਤ ਤੇ ਇਲਜ਼ਾਮ ਲਾ ਦੇਣਾ ਸੀ ਕਿ ਅਕਾਲ ਚੈਨਲ ਨੇ ਹਰਾਇਆ ਇਹ ਵਧੀਆ ਗੱਲ ਹੋ ਗਈ ਕਿ ਦੋ ਚਾਰ ਦਿਨ ਬਾਅਦ ਚ ਗੱਲ ਹੋਈ ਆ ਨਹੀਂ ਤਾਂ ਤੁਸੀਂ ਕਾਂਗ ਸਿੰਘ ਵਾਲਾ ਜੀ ਕਾਂਗ ਸਿੰਘ ਵਾਲਾ ਇਸ ਗੱਲ ਤੋਂ ਨਾਰਾਜ਼ ਸੀ ਮੈਂ ਕਹੂੰਗਾ ਦੂਜੇ ਵੀ ਪਰ ਇੱਕ ਇਹਨਾਂ ਦਾ ਉਹਦਾ ਮੈਨੂੰ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਵੀਰ ਜੀ ਮੈਂ ਕੋਸ਼ਿਸ਼ ਕਰੂੰਗਾ ਕੱਲ ਤੱਕ ਉਹ ਵੀਰ ਦੀ ਫੋਟੋ ਜਨਤਕ ਕਰਨ ਦੀ ਕਿ ਉਹ ਵੀਰ ਲਾਡੀ ਦੇ ਨਾਲ ਅਮਰਜੀਤ ਸਿੰਘ ਜਿਹੜਾ ਕੈਮਰੇ ਤੇ ਸੀ ਵੀਰ ਆ ਉਹਦੇ ਨਾਲ ਇੰਨੀ ਬਹਿਸਬਾਜ਼ੀ ਕਰਦਾ ਮੈਨੂੰ ਬਾਅਦ ਪਤਾ ਲੱਗਾ ਸੀ ਮੈਂ ਪੁੱਛਣਾ ਚਾਹੁੰਦਾ ਸੀ ਪਰ ਉਹਨੂੰ ਚੱਲ ਗਿਆ ਕਿ ਉਹ ਹੱਥੋਂ ਪਾਈ ਤੱਕ ਉਹ ਤਿਆਰ ਸੀ ਇੱਥੋਂ ਤੱਕ ਵੇਖ ਲਓ ਅਜੇ ਕਿ ਇਹਨਾਂ ਦੇ ਅੱਧੇ ਤੋਂ ਵੱਧ ਬੰਦੇ ਸਾਡੇ ਵੱਲ ਸੀ ਜਿਹੜੇ ਸਾਡੇ ਨਾਲ ਹਮਦਰਦੀ ਕਰਨ ਡੇ ਸੀ ਕਿ ਨਹੀਂ ਇਹ ਉਹਨਾਂ ਚੈਨਲਾਂ ਚੋਂ ਨਹੀਂ ਹੈਗਾ ਥੱਪੜ ਜੜ ਦਿੱਤਾ ਗਿਆ ਸੁਖਬੀਰ ਬਾਦਲ ਹੋਰਾਂ ਨੂੰ ਕਿਸੇ ਨੇ ਸਵਾਲ ਪੁੱਛੇ ਉਹਨਾਂ ਦੀ ਵੀ ਕੁੱਟਮਾਰ ਹੋਈ ਤੇ ਅੱਜ ਸਿਮਰਨਜੀਤ ਸਿੰਘ ਮਾਨ ਤੇ ਉਹਨਾਂ ਦੇ ਸਮਰਥਕ ਜੇ ਸਾਰਾ ਕੁਝ ਉਹ ਕਰ ਰਹੇ ਨੇ ਤੇ ਫਿਰ ਉਹਨਾਂ ਦੇ ਵਿੱਚ ਤੇ ਇਹਨਾਂ ਦੇ ਵਿੱਚ ਫਰਕ ਕੀ ਹੋਇਆ ਵੀਰ ਜਿਹੜੀ ਕੁਰਸੀ ਹੈ ਨਾ ਮੈਂ ਗੱਲ ਕਰੂੰਗਾ ਕੁਰਸੀ ਦੀ ਭੁੱਖ ਜਿਹੜੀ ਸਾਰਿਆਂ ਦੀ ਹਵਸ਼ ਜਿਹੜੀ ਹੈ ਨਾ ਇਹ ਵੀ ਆ ਮੈਂ ਤੇ ਗੱਲ ਕਹੂੰਗਾ ਕਿ ਜਦੋਂ ਸ਼ਾਇਦ ਜੇ ਕੁਰਸੀ ਮਿਲ ਜਾਂਦੀ ਫਿਰ ਕੀ ਹਾਲ ਹੋਊਗਾ ਇਹ ਸੋਚਣ ਵਾਲੀ ਗੱਲ ਆ ਸ਼ਾਇਦ ਅਸੀਂ ਭੁੱਲ ਚੁੱਕੇ ਹਾਂ ਸਾਡੀਆਂ ਰਵਾਇਤਾਂ ਕੀ ਆ ਅਸੀਂ ਭੁੱਲ ਚੁੱਕੇ ਹਾਂ ਅਸੀਂ ਕਰਨਾ ਕੀ ਆ ਜੀ 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 ਜੇ ਤੁਸੀਂ ਕੌਮ ਦੇ ਜਵਾਬ ਦੇ ਆ ਜੇ ਆਪਾਂ ਅੱਜ ਗੱਲ ਕਰ ਰਹੇ ਹਾਂ ਤਾਂ ਅਸੀਂ ਕੌਮ ਦੇ ਜਵਾਬ ਦੇ ਹਾਂ ਬਿਲਕੁਲ ਜੇ ਸਾਨੂੰ ਸਵਾਲ ਹੋਊਗਾ ਅਸੀਂ ਜਵਾਬ ਦੇਵਾਂਗੇ ਜਿੱਥੇ ਕੌਮ ਕਹੂਗੀ ਅਸੀਂ ਜਵਾਬ ਦੇਣ ਨੂੰ ਤਿਆਰ ਆ ਜੇ ਤੁਸੀਂ ਸਿਆਸੀ ਰੋਟੀਆਂ ਵੀ ਸੇਕਣੀਆਂ ਸਿਆਸੀ ਸਟੇਜਾਂ ਵੀ ਸਾਂਝੀਆਂ ਕਰਨੀਆਂ ਸਿਆਸੀ ਲੜਾਈਆਂ ਵੀ ਲੜਨੀਆਂ ਤੇ ਫਿਰ ਕੌਮ ਦੇ ਜਵਾਬ ਦੇ ਵੀ ਤੁਹਾਨੂੰ ਹੋਣਾ ਪਊਗਾ ਬਿਲਕੁਲ ਬਿਲਕੁਲ ਤੇ ਜਦੋਂ ਮੰਨ ਲਓ ਬੀਬੀ ਖਾਲੜਾ ਚਲੋ ਆਪਾਂ ਗੱਲ ਕਰਦੇ ਹਾਂ ਬੀਬੀ ਖਾਲੜਾ ਜਿੱਤ ਕੇ ਜਾਂਦੇ ਪਾਰਲੀਮੈਂਟ ਦੇ ਵਿੱਚ ਜੇ ਕੱਲ੍ਹ ਨੂੰ ਪੰਜਾਬੀ ਦੀ ਆਵਾਜ਼ ਨਹੀਂ ਬੁਲੰਦ ਕਰਦੇ ਤੇ ਇਹ ਅਕਾਲ ਚਲੋ ਉਹਨਾਂ ਨੂੰ ਪੁੱਛਦਾ ਬੀਬੀ ਜੀ ਤੁਸੀਂ ਆਹ ਗੱਲ ਕੀਤੀ ਸੀ ਤੁਸੀਂ ਅੱਜ ਆਵਾਜ਼ ਕਿਉਂ ਨਹੀਂ ਬੁਲੰਦ ਕੀਤੀ ਜੀ 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 ਇੱਕ ਨਿਰਪੱਖ ਮੀਡੀਆ ਇੱਕ ਨਿਰਪੱਖ ਮੀਡੀਆ ਇੱਕ ਨਿਰਪੱਖ ਪੱਤਰਕਾਰ ਦਾ ਫਰਜ਼ ਹੀ ਇਹ ਬਣਦਾ ਕਿ ਚਾਹੇ ਤੁਹਾਡੇ ਕੌਮੀ ਲੀਡਰ ਹੋਣ ਚਾਹੇ ਰਾਜਨੀਤਿਕ ਲੀਡਰ ਹੋਣ ਉਹਨਾਂ ਨੂੰ ਸਵਾਲ ਪੁੱਛਣੇ ਹੁੰਦੇ ਨੇ ਜੇ ਵਕਾਊ ਮੀਡੀਆ ਦੀ ਗੱਲ ਕਰੀਏ ਉਹਨਾਂ ਦੀ ਭਰਮਾਰ ਹੈਗੀ ਇਸ ਵੇਲੇ ਪਰ ਗੱਲ ਉਸ ਅਸਲ ਉਹ ਹੁੰਦੀ ਹੈ ਕਿ ਜਿਹੜਾ ਸਵਾਲ ਤੁਹਾਨੂੰ ਮੂੰਹ ਤੇ ਕਰਦਾ ਤੇ ਜੇਕਰ ਤੁਸੀਂ ਸੱਚੇ ਹੋ ਤਾਂ ਉਹਦਾ ਜਵਾਬ ਦੇਣਾ ਵੀ ਬਣਦਾ ਨਾਲੇ ਦਲਜੀਤ ਜੀ ਇੱਕ ਸਵਾਲ ਦਾ ਜਵਾਬ ਸੀ ਨਾ ਕਿ ਤੁਸੀਂ ਬੀਬੀ ਖਾਲੜਾ ਦੀ ਹਮਾਇਤ ਕਿਉਂ ਨਹੀਂ ਕੀਤੀ ਬਿਲਕੁਲ ਬਿਲਕੁਲ ਕਿਉਂ ਨਹੀਂ ਕੀਤੀ ਇਸ ਦਾ ਜਵਾਬ
ਜੀ ਜੀ ਇੱਕ ਪਾਸੇ ਤੁਸੀਂ ਲੜਾਈ ਲੜਨ ਡਿਆ ਦੂਜੇ ਪਾਸੇ ਮੈਂ ਲੜਾਈ ਲੜਨ ਡਿਆ ਜੇ ਆਪਾਂ ਇਕੱਠੇ ਹੋ ਕੇ ਲੜਾਈ ਲੜਾਂਗੇ ਆਪਾਂ ਇੱਕ ਤੋਂ 11 ਹੋ ਗਏ ਨਾ ਬਿਲਕੁਲ 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 ਜਨਰਲ ਜੇ ਸਿੰਘ ਹੋਰਾਂ ਨੂੰ ਮਾਨ ਸਾਹਿਬ ਉਹਨਾਂ ਨੂੰ ਹਮਾਇਤ ਦਿੰਦੇ ਮਾਨ ਸਾਹਿਬ ਉਹਨਾਂ ਨੂੰ ਹਮਾਇਤ ਦਿੰਦੇ ਉਹਨਾਂ ਕੋ ਉਧਰੋਂ ਲੈਂਦੇ ਤੇ ਕੀ ਗੱਲ ਕਿਤੇ ਜਿੱਤ ਕਿਤੇ ਨਾ ਕਿਤੇ ਯਕੀਨ ਨਹੀਂ ਬਣਦੀ ਸੀ ਨਾ ਬਿਲਕੁਲ ਜਿਹੜੇ ਆਮ ਲੋਕ ਨੇ ਨਾ ਤਜਿੰਦਰ ਸਿੰਘ ਜੀ ਜਿਹੜੇ ਸਿੱਖ ਕੌਮ ਦੇ ਨਾਲ ਦਰਦ ਰੱਖਣ ਵਾਲੇ ਨੇ ਉਹ ਚਾਹੁੰਦੇ ਨੇ ਕਿ ਸਾਰੇ ਇੱਕ ਪਲੇਟਫਾਰਮ ਤੇ ਹੋਣ ਪਰ ਇਹ ਵੱਖ ਵੱਖ ਜਿਹੜੀਆਂ ਜਥੇਬੰਦੀਆਂ ਨੇ ਜਦੋਂ ਬਣਦੀਆਂ ਪਰ ਉਹਨਾਂ ਨੂੰ ਸਵਾਲ ਜਦੋਂ ਪੁੱਛੇ ਜਾਂਦੇ ਨੇ ਤੇ ਫਿਰ ਇਸ ਤਰ੍ਹਾਂ ਦੇ ਰਿਐਕਸ਼ਨ ਨਿਕਲਦੇ ਨੇ ਅਕਾਲੀ ਦਲ ਟਕਸਾਲੀ ਨੇ ਜੇਕਰ ਜਨਰਲ ਜੇ ਸਿੰਘ ਨੂੰ ਵਾਪਸ ਲੈ ਲਿਆ ਤਾਂ ਸਿਮਰਜੀਤ ਸਿੰਘ ਮਾਨ ਹੋਰੀ ਜੋ ਕਿ ਹਮੇਸ਼ਾ ਜਿਹੜੇ ਕਹਿ ਲਈਏ ਕਿ ਪੰਥ ਵਾਸਤੇ ਉਹਨਾਂ ਦੀਆਂ ਕੁਰਬਾਨੀਆਂ ਵੀ ਹੈਗੀਆਂ ਉਹਨਾਂ ਨੂੰ ਵੀ ਚਾਹੀਦਾ ਸੀਗਾ ਕਿ ਇਹ ਕੰਮ ਕਰਦੇ ਪਰ ਉਹਨਾਂ ਨੇ ਨਹੀਂ ਕੀਤਾ ਪਰ ਫਿਰ ਵੀ ਜੇ ਤੁਸੀਂ ਉਹਨਾਂ ਨੂੰ ਸਵਾਲ ਪੁੱਛਦੇ ਹੋ ਅੱਗੋਂ ਐਸਾ ਰਿਐਕਸ਼ਨ ਮਿਲਦਾ ਕਿ ਤੁਸੀਂ ਰੋਹ ਦੇ ਨਾਲ ਮਿਲੇ ਹੋਏ ਹੋ ਤਾਂ ਬਹੁਤ ਹੀ ਮਾੜੀ ਇਹ ਗੱਲ ਹੈਗੀ ਹੈ ਜਨਰਲ ਜੇ ਸਿੰਘ ਦੀ ਗੱਲ ਕੀਤੀ ਸੀ ਮੈਂ ਉਹਨਾਂ ਨੂੰ ਪਹਿਲੀ ਵਾਰੀ ਰਿਕਾਰਡਿੰਗ ਕੀਤੀ ਸੀ ਤੇ ਮੈਂ ਉਦੋਂ ਇੱਕ ਗੱਲ ਕਹੀ ਸੀ ਕਿ ਜਨਰਲ ਜੇ ਸਿੰਘ ਸੀਟ ਛੱਡ ਕੇ ਵੀ ਦਿਲਾਂ 'ਚ ਰਾਜ ਕਰਨ ਲੱਗ ਪਿਆ ਜੀ ਜੀ ਕਿਉਂਕਿ ਉਦੋਂ ਉਸ ਟਾਈਮ ਦੇ ਉੱਤੇ ਉਸ ਤੋਂ 2 ਦਿਨ ਬਾਅਦ ਦੀ ਜੋ ਕੰਪੇਨਿੰਗ ਚੱਲੀ ਸੀ ਜੋ ਸੋਸ਼ਲ ਮੀਡੀਆ ਤੇ ਹੋਇਆ ਜੇ ਸਿੰਘ ਬੇਸ਼ੱਕ ਉਹ ਪਿੱਛੇ ਹਟ ਗਏ ਸੀ ਬੀਬੀ ਖਾਲੜਾ ਤੋਂ ਜੀ ਜੀ ਸੀਟ ਛੱਡ ਦਿੱਤੀ ਸੀ ਉਹਨਾਂ ਨੂੰ ਪਰ ਉਹ ਛੱਡ ਕੇ ਸੀਟ ਵੀ ਇੱਕਦਮ ਦਿਲਾਂ 'ਤੇ ਰਾਜ ਕਰ ਗਏ ਸੀ ਬਿਲਕੁਲ ਬਿਲਕੁਲ ਕਿਉਂਕਿ ਕਿਤੇ ਨਾ ਕਿਤੇ ਉਹਨਾਂ ਨੇ ਕੌਮੀ ਫਰਜ਼ ਸਮਝਿਆ ਮੈਂ ਉਹ ਹੋ ਸਕਦਾ ਸਿਆਸਤ ਤੌਰ 'ਤੇ ਜੋ ਮਰਜ਼ੀ ਅੰਦਰੋਂ ਕਰਨ ਬ੍ਰਹਮਪੁਰਾ ਸਾਹਿਬ ਸੀ ਉਹ ਪਾਰਟੀ ਛੱਡ ਕੇ ਆਏ ਸੀ ਉਹਨਾਂ ਨੇ ਆਪਣੇ ਉਮੀਦਵਾਰ ਖੜਾ ਕਰਨਾ ਸੀ ਪਰ ਕਿਤੇ ਨਾ ਕਿਤੇ ਜਦੋਂ ਹਮਾਇਤ ਦਿੱਤੀ ਸੀ ਨਾ ਤੇ ਕੌਮ ਨੇ ਚੰਗਾ ਕਿਹਾ ਸੀ ਚੰਗੀ ਸ਼ੁਰੂਆਤ ਆ ਬਿਲਕੁਲ ਜੇ ਖਹਿਰੇ ਦੀ ਗੱਲ ਕਰਦੇ ਹਾਂ ਬਹਿਸ ਦੀ ਗੱਲ ਕਰਦੇ ਹਾਂ ਜੇ ਉਹ ਜਾ ਕੇ ਮਾਇਆਵਤੀ ਨਾਲ ਇਕੱਠੇ ਹੋ ਕੇ ਲੜ ਸਕਦੇ ਆ ਕੀ ਗੱਲ ਇਹ ਸੰਘਰਸ਼ ਦੇ ਵਿੱਚ ਆਪਾਂ ਨੀ ਸਾਥ ਦੇ ਸਕਦੇ ਉਹਨਾਂ ਦਾ ਜਾਂ ਉਹਨਾਂ ਕੋਲ ਸਾਥ ਆਪਣੇ ਨਹੀਂ ਲੈ ਸਕਦੇ ਇਹ ਗੱਲ ਜਿਹੜੀ ਦਰਸ਼ਕਾਂ ਤੱਕ ਪਹੁੰਚਾਉਣੀ ਬਹੁਤ ਜ਼ਰੂਰੀ ਸੀ ਸੋ ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਬਹੁਤ ਬਹੁਤ ਤੁਹਾਡਾ ਧੰਨਵਾਦ ਫਤਿਹ ਦੀ ਸਾਂਝ ਪਾਉਂਦੇ ਹਾਂ ਇੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਾਨ ਸਾਹਿਬ ਇਹ ਵੀ ਗੱਲ ਸ਼ਾਇਦ ਵਿਸਾਰ ਗਏ ਨੇ ਕਿ ਚਾਹੇ ਸਰਬੱਤ ਖਾਲਸਾ ਹੋਵੇ ਜਾਂ ਫਿਰ ਬਰਗਾੜੀ ਮੋਰਚਾ ਜੋ ਕਿ 6.5 ਮਹੀਨੇ ਲਗਾਤਾਰ ਚੱਲਿਆ ਦਿਨ ਰਾਤ ਇੱਕ ਕਰਕੇ ਅਕਾਲ ਚੈਨਲ ਦੀ ਟੀਮ ਵੱਲੋਂ ਉਸ ਨੂੰ ਵੀ ਕਵਰ ਕਰਕੇ ਦੁਨੀਆ ਨੂੰ ਦਿਖਾਇਆ ਗਿਆ ਇੱਕ ਲਹਿਰ ਬਣਾਈ ਗਈ ਬਰਗਾੜੀ ਮੋਰਚੇ ਦੇ ਨਾਮ ਦੇ ਉੱਤੇ ਅੱਜ ਜੇਕਰ ਸਾਡੇ ਕੌਮੀ ਲੀਡਰਾਂ ਦੀ ਆਵਾਜ਼ ਦੁਨੀਆ ਤੱਕ ਪਹੁੰਚਦੀ ਹੈ ਤਾਂ ਆਪਣੇ ਮੀਡੀਆ ਕਰਕੇ ਹੀ ਇਹ ਗੱਲਾਂ ਸੰਭਵ ਹੋਈਆਂ ਨੇ ਬਹੁਤ ਸਾਰੇ ਲੋਕਾਂ ਵੱਲੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਦੇ ਉੱਤੇ ਵੀ ਸਵਾਲ ਚੁੱਕੇ ਜਾਂਦੇ ਰਹੇ ਹਨ ਕਿ ਉਹ ਭਾਰਤੀ ਏਜੰਸੀਆਂ ਦੇ ਨਾਲ ਮਿਲ ਕੇ ਕੰਮ ਕਰਦੇ ਨੇ ਇੱਥੋਂ ਤੱਕ ਕਿਹਾ ਗਿਆ ਕਿ ਬਰਗਾੜੀ ਮੋਰਚਾ ਚੁਕਵਾਉਣ ਪਿੱਛੇ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਦਾ ਵੱਡਾ ਹੱਥ ਹੈ ਪਰ ਉਹਨਾਂ ਦੀ ਕੁਰਬਾਨੀ ਨੂੰ ਵੇਖਦੇ ਹੋਏ ਅਕਾਲ ਚੈਨਲ ਨੇ ਕਦੇ ਵੀ ਐਸੇ ਪ੍ਰਚਾਰ ਨੂੰ ਹੁਲਾਰਾ ਨਹੀਂ ਦਿੱਤਾ ਪਰ ਅੱਜ ਉਹਨਾਂ ਵੱਲੋਂ ਹੀ ਕੌਮੀ ਮੀਡੀਆ ਨੂੰ ਰੋਹ ਦੇ ਨਾਲ ਜੁੜਿਆ ਹੋਇਆ ਦੱਸਿਆ ਜਾ ਰਿਹਾ ਅਕਾਲ ਚੈਨਲ ਉਹਨਾਂ ਦੀ ਇਸ ਬਿਆਨਬਾਜ਼ੀ ਦੇ ਉੱਤੇ ਦੁੱਖ ਜ਼ਾਹਰ ਕਰਦਾ ਹੈ ਅਤੇ ਇੱਕ ਚੈਲੰਜ ਵੀ ਦਿੰਦਾ ਹੈ ਜੇਕਰ ਉਹ ਸਾਬਤ ਕਰਕੇ ਦਿਖਾਉਣ ਜੋ ਗੱਲਾਂ ਜੋ ਇਲਜ਼ਾਮ ਉਹ ਲਗਾ ਰਹੇ ਨੇ ਤਾਂ ਅਕਾਲ ਚੈਨਲ ਉਹਦਾ ਦੇਣਦਾਰ ਹੋਏਗਾ ਅਤੇ ਬਰਗਾੜੀ ਮੋਰਚੇ ਦੇ ਵਿੱਚੋਂ ਅਗਰ 1 ਵੀ ਰੁਪਈਆ ਅਕਾਲ ਚੈਨਲ ਦੀ ਟੀਮ ਵੱਲੋਂ ਲਿਆ ਗਿਆ ਹੋਵੇ ਤਾਂ ਵੀ ਅਸੀਂ ਦੇਣਦਾਰ ਹੋਵਾਂਗੇ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਦਾ ਸਤਿਕਾਰ ਅੱਜ ਵੀ ਸਾਡੇ ਮਨਾਂ ਦੇ ਵਿੱਚ ਉਸੇ ਤਰ੍ਹਾਂ ਬਰਕਰਾਰ ਹੈ ਪਰ ਕੌਮੀ ਲੀਡਰਾਂ ਦੇ ਮੂੰਹੋਂ ਇਹੋ ਜਿਹੀਆਂ ਗੱਲਾਂ ਸ਼ੋਭਦੀਆਂ ਨਹੀਂ ਅਕਾਲ ਪੁਰਖ ਸਮਤ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਾ ਗੱਲ ਜੀ ਸਾਰੇ ਜਿਹੜੇ ਬਰਤਾਨੀਆ ਦੇ ਰੇਡੀਓ ਸਟੇਸ਼ਨ ਟੈਲੀਵਿਜ਼ਨ ਚੱਲਦੇ ਆ ਇਹ ਸਾਰੇ ਰੋਹ ਦੇ ਥੱਲੇ ਖਾਧੇ ਪੀਤੇ ਗਏ ਹੈ ਪਤਾ ਗੱਲ ਜੀ ਸਾਰੇ ਜਿਹੜੇ ਬਰਤਾਨੀਆ ਦੇ ਰੇਡੀਓ ਸਟੇਸ਼ਨ ਟੈਲੀਵਿਜ਼ਨ ਚੱਲਦੇ ਆ ਇਹ ਸਾਰੇ ਰੋਹ ਦੇ ਥੱਲੇ ਖਾਧੇ ਪੀਤੇ ਗਏ ਹੈ ਇਹ ਸਾਰੇ ਰੋਹ ਦੇ ਥੱਲੇ ਖਾਧੇ ਪੀਤੇ ਗਏ ਹੈ ਇਹ ਸਾਰੇ ਰੋਹ ਦੇ ਥੱਲੇ ਖਾਧੇ ਪੀਤੇ ਗਏ ਹੈ ਜਿੱਦਾਂ ਸਾਬਤ ਕਰ ਦੋਗੇ ਸਿਰ ਕਲਮ ਕਰ ਜਿੱਦਾਂ ਸਾਬਤ ਕਰ ਦੋਗੇ ਸਿਰ ਕਲਮ ਕਰ ਜਿੱਦਾਂ ਸਾਬਤ ਕਰ ਦੋਗੇ ਸਿਰ ਕਲਮ ਕਰ ਬਰਾਬਰ ਦੀ ਕੁਰਬਾਨੀ ਦਿੰਦੇ 6 ਮਹੀਨੇ ਬਰਗਾੜੀ ਚ ਖਲੋਤੇ ਸੀ ਮੰਡ ਸਾਹਿਬ ਜਿਹਨੇ ਚੱਲੇ ਸੀ ਪੁੱਛ ਲਿਓ ਤੁਸੀਂ ਤੇ ਹੁਣ ਕਹਿ ਦਿੱਤਾ 20 ਲੱਖ ਰੁਪਇਆ ਪਹੀਏ ਤੇ ਚਲਾ ਲਓ ਸਾਨੂੰ ਕੀ ਦਿੰਦੇ ਜੇ ਤੁਸੀਂ ਅੱਜ ਨੀ ਗੱਲ ਅਸੀਂ ਤਾਂ ਦਿੱਤਾ ਨੀ ਅਸੀਂ ਕਹਿੰਦੇ ਨਹੀਂ ਮਾਰੇ ਛੱਡ ਦਿਓ ਗੱਲਾਂ ਬਰਗਾੜੀ ਬਰਗਾੜੀ ਮੋਰਚੇ ਜੇਕਰ ਪਹੀਆ ਵੀ ਲਿਆ ਹੋਵੇ ਤੇ ਗੱਲ ਕਰ ਹੁਣ ਜੀ 17 ਲੱਖ ਦੂਜਿਆਂ ਨੂੰ ਦਿੱਤਾ ਤੁਸੀਂ ਜਿਹੜਾ ਤੁਹਾਡੇ ਕੇ ਟੀਵੀ ਵਾਲੇ
ਲਾਈਵ ਚੱਲਦਾ ਹੋਊਗਾ ਕਹਿੰਦਾ ਜੇ ਅਕਾਲ ਚਰਨ ਇੱਕ ਪੈਸਾ ਵੀ ਲਿਆ ਹੋਵੇ ਦੇਣਦਾਰ ਆ ਜੇ ਤੁਸੀਂ ਸਾਬਤ ਕਰ ਦੋ ਅਕਾਲ ਚਰਨ ਇਹੋ ਜਿਹਾ ਹੈਗਾ ਸਿਰ ਕਲਮ ਕਰ ਦੋ ਬਰਗਾੜੀ ਚ ਮੈਂ ਕਹਿੰਦਾ ਠੀਕ ਹੈ ਛੱਡੋ ਜੀ।